हेलो, सत श्री अकाल, आदाब, नमस्कार। दिस इज़ योर होस्ट एंड दोस्त गणेश कपूर। सो आई होप यू आर डूइंग वेल एट योर होम। तुसी अपने कार विच खुश होवोगे, सुरक्षित होवोगे, इंजॉय कर रहे हो। तो दोस्तों, अज मैं आया धियां मेरिया दे सीरियल पंजाबी दे सेट दे उत्ते, और अज साडा भी शूट इत्थे ही है, और अज नाइट शूट है, सारी रात शूट किया जाएगा। और मैं सोचा कि क्यों ना एक धियां मेरे सेट का भी व्लॉग बनाया जाए। तो चलो, अज मैं व्लॉग बनाना है और तुहानू दिखाना कि धियां मेरिया दे सैट दे उत्ते की कुछ करते हैं और इन्हां दा सैट किदां हुंदा इन्हां दे। ये देखो, ये लोग हैं, ये देखो मजदूर लोग, शिवम है ये। ये देखो ये क्या क्या करते हैं लोग यहाँ पे, कैसे काम होते हैं। तो आज मैं आपको व्लॉग बना के दिखाऊंगा जी धियां मेरिया के सेट का, कैसे काम होते हैं, कैसे कैसे होते हैं। गरीब लोग। चलिए दिखाता हूँ, आइए। लो जी, मैं धियां मेरिया सेट पे पहुंच गए। आशा मैम ना गल करते हैं, पीछे डिस्कशन चल रही है डायरेक्टर साहब की, आशा मैम की आओ गल करते हैं। हाँ जी, सत श्रीकाल जी। कुछ गल्लां सांझियां करांगा कि इन्हां नूं किद्दां दा लग रहा है। हाँ जी आशा मैम, तुसीं मैनूं दस्सो कि व्यूअर्स नूं तुसीं कुछ कहना चाहोगे, तुहानूं तुहाडा करैक्टर ਕਿੱਦਾਂ ਦਾ ਲੱਗ ਰਿਹਾ ਹੈ, ਤੁਹਾਨੂੰ ਕਿੰਨਾ ਮਜ਼ਾ ਆ ਰਿਹਾ ਹੈ ਸੈੱਟ ਦੇ ਉੱਤੇ? ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ, ਔਰ ਸਾਨੂੰ ਆਡੀਅੰਸ ਤੋਂ ਬਹੁਤ ਜ਼ਿਆਦਾ ਪਿਆਰ ਵੀ ਮਿਲ ਰਿਹਾ ਹੈ, ਤੇ ਅੱਜ ਤੁਹਾਡੇ ਨਾਲ ਉਹ ਪਿੱਛੇ ਮੈਡਮ ਜੀ ਆ ਜੀ ਆ ਜੀ ਆ ਜੀ ਸਾਨਵੀ 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 ਜੀ ਆਓ ਜੀ ਆਓ ਸਾਨਵੀ ਵੀ ਨਾਲ ਆ ਗਈ ਹੈ। ਤੁਹਾਨੂੰ ਪਤਾ ਹੀ ਹੈ ਮੇਰੀ ਬੇਟੀ ਹੈ, ਮੇਰੀ ਬੇਟੀ ਸਾਨਵੀ। ਬਿਲਕੁਲ ਹੋ ਗਿਆ, ਠੀਕ ਹੈ। ਓਹੋ, ਹੁਣੇ ਹੁਣੇ ਇਹਨਾਂ ਦਾ ਇੱਕ ਬਹੁਤ ਹੀ ਇਮੋਸ਼ਨਲ ਸੀਨ ਸੀ ਜਿਹਦੇ ਵਿੱਚ ਰੋਏ ਨੇ ਵਿਚਾਰੇ। ਹਾਏ, ਮੈਂ ਇਹਨਾਂ ਨੂੰ ਦੇਖ ਕੇ ਮੈਂ ਰੋ ਪਿਆ, ਇੰਨਾ ਅੱਛਾ ਐਕਟ ਕਰਦੇ ਨੇ ਸਾਨਵੀ ਜੀ। ਅੱਛਾ ਆਸ਼ਾ ਜੀ, ਤੁਸੀਂ ਕਿੱਥੇ ਸੀ ਪਹਿਲਾਂ, ਤੁਸੀਂ ਇਹ ਦੱਸੋ, ਫਿਰ ਆਪਾਂ ਸਾਨਵੀ ਜੀ ਨੂੰ ਪੁੱਛਾਂ। ਮੈਂ ਬਿਲਕੁਲ ਇੱਥੇ ਹੀ ਸੀ, ਆਪਣੇ ਢਾਬੇ ਉੱਤੇ ਹੀ। ਅੱਛਾ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿੰਨਾ ਅੱਛਾ ਲੱਗ ਰਿਹਾ ਹੈ ਕਰੈਕਟਰ ਕਰਕੇ? ਬਹੁਤ सुन के भी मजा आएगा, क्योंकि मैं व्लॉग बना रहा हूं, ठीक है ना? ਤੇ ਵਲੌਗ ਨੂੰ ਮੇਰੇ ਬਹੁਤ ਪਿਆਰ ਦਿਓ, ਪਲੀਜ਼ ਜੀ, ਕਹਿ ਦਿਓ। ਹਾਂਜੀ ਹਾਂਜੀ ਜੀ, ਬਿਲਕੁਲ, ਵਲੌਗ ਨੂੰ ਬਹੁਤ ਪਿਆਰ ਦਿਓ, ਬਹੁਤ ਚੰਗੇ ਸਾਡੇ ਮਾਮਾ ਜੀ ਨੇ ਤੁਹਾਨੂੰ, ਤਾਂ ਪਤਾ ਹੀ ਹੈ ਨਾ। ਥੈਂਕ ਯੂ ਆਸ਼ਾ ਜੀ, ਥੈਂਕ ਯੂ ਸੋ ਮਚ। ਇੱਧਰ ਆਓ ਮਾਰਾ ਸਾਨਵੀ, ਆ ਦੇਖੋ ਜੀ, ਇਹ ਸਾਨਵੀ ਜੀ ਨੇ ਕਿੱਦਾਂ ਮੇਰੀਆਂ ਦੇ ਸੈੱਟ ਦੇ ਉੱਤੇ ਪਹੁੰਚ ਗਏ ਆ, ਤੇ ਸਾਨਵੀ ਜੀ ਨਾਲ ਇੰਨੀਆਂ ਪਿਆਰੀਆਂ ਗੱਲਾਂ ਕੀਤੀਆਂ ਨੇ, ਬਹੁਤ ਮਜ਼ਾ ਆਇਆ ਇਹਨਾਂ ਨਾਲ ਗੱਲ ਕਰਕੇ। ਤੁਸੀਂ ਵਿਊਵਰਸ ਨੂੰ ਕੁਝ ਦੇਖੋ ਜੀ, ਕਿੰਨਾ ਪਿਆਰ ਕਰਦੇ ਨੇ, ਪਕੌੜੇ ਖਾਣ ਨੂੰ ਦੇ ਰਹੇ ਨੇ, ਮੋਟਾ ਕਰ ਰਹੇ ਨੇ ਮੈਨੂੰ, ਮੋਟਾ ਕਰਕੇ ਭੇਜਣਗੇ ਮੈਨੂੰ ਅੰਮ੍ਰਿਤਸਰ ਕੇ। ਮਾਰਾ, ਦੋਨੋਂ ਅੰਮ੍ਰਿਤਸਰ ਹੀ ਆਪਾਂ, ਮੈਂ ਵੀ ਅੰਮ੍ਰਿਤਸਰ ਤੋਂ ਹਾਂ, ਮੈਮ ਵੀ ਅੰਮ੍ਰਿਤਸਰ ਤੋਂ ਨੇ, ਠੀਕ ਹੈ? ਚਲੋ, ਪਿਆਰ ਦੀ ਸ਼ੇਅਰ ਕਰ ਦਿਓ, ਲਾਈਕ ਕਮੈਂਟ ਸ਼ੇਅਰ। ਓ, ਥੈਂਕ ਯੂ ਸੋ ਮਚ। ਚਲੋ, ਅਗਲੇ ਸਟਾਪ ਤੇ ਜਾਂਦੇ ਆਂ। ਕੰਟੀਨਿਊ ਮੋਡ, ਮੰਮੀ ਥੋੜਾ ਬਾਹਰ, ਕੰਟੀਨਿਊ ਮੋਡ, ਹਾਂ
ਲਾਸੀ ਆਪਾਂ ਸੁਹਾਨੀ ਕੋਲ ਆ ਗਏ ਸੁਣ ਕੀ ਖਾ ਰਹੀ ਕੋਲ ਮੈਨੂੰ ਦੱਸ ਖਾ ਕੀ ਰਹੀ ਆ ਤੂੰ ਬੋਲ ਮੈਨੂੰ ਇਹ ਦੱਸ ਮੈਂ ਅੱਜ ਕੱਲ੍ਹ ਡਾਈਟਿੰਗ ਤੇ ਆ ਬਟ ਆ ਚੀਜ਼ਾਂ ਨਾ ਲੁੱਕ ਲੁੱਕ ਕੇ ਖਾਈਆਂ ਜਾਂਦੀਆਂ ਇੱਥੇ ਕੋਈ ਵੀ ਨਹੀਂ ਹੈਗਾ ਦੇਖਣ ਵਾਲਾ ਓਹੋ ਤਾਂ ਮੈਂ ਲੁੱਕ ਲੁੱਕ ਕੇ ਖਾ ਲੁੱਕ ਲੁੱਕ ਕੇ ਖਾ ਰਹੇ ਤੁਸੀਂ ਆ ਦੇਖੋ ਜੀ ਆ ਦੇਖੋ ਸੁਹਾਨੀ ਪਕੌੜੇ ਖਾਂਦੀ ਹੈ ਹੈ ਕਰੈਕਟਰ ਵਿੱਚ ਪਰ ਸੁਹਾਨੀ ਡਾਈਟ ਤੇ ਵੀ ਹੈਗੀ ਹੈ ਸੁਹਾਨੀ ਆ ਵਿੱਚ ਵਿੱਚ ਥੋੜਾ ਵਾ ਚੀਟ ਹੋ ਜਾਂਦਾ ਅਦਰਵਾਈਜ਼ ਆਮ ਔਨ ਫਿਟਨੈਸ ਓ ਮਾਈ ਗੋਡ ਤੁਹਾਡਾ ਕਰੈਕਟਰ ਬਹੁਤ ਪਸੰਦ ਕੀਤਾ ਜਾ ਰਿਹਾ ਸੁਹਾਨੀ ਥੈਂਕ ਯੂ ਸੋ ਮੱਚ ਕੀਪ ਲਵਿੰਗ ਹਾਂ ਬਹੁਤ ਲੋਕ ਤੁਹਾਨੂੰ ਪਿਆਰ ਕਰ ਰਹੇ ਆਈ ਵਿਸ਼ ਕਿ ਮਤਲਬ ਵਧੀਆ ਜਾਵੇ ਬਿਲਕੁਲ ਵਧੀਆ ਜਾਏਗਾ ਸਾਡੀਆਂ ਵਿਸ਼ੇਸ਼ ਤੁਹਾਡੇ ਨਾਲ ਨੇ ਕਿਉਂ ਨਹੀਂ ਵਧੀਆ ਜਾਏਗਾ ਜ਼ਰੂਰ ਵਧੀਆ ਜਾਏਗਾ ਥੈਂਕ ਯੂ ਸੋ ਮੱਚ ਅੱਜ ਤੁਹਾਡੇ ਸੈੱਟ ਤੇ ਸ਼ੂਟ ਕਰਨ ਆਏ ਸੀ ਸੀਗਾ ਚਲ ਤੁਹਾਨੂੰ ਵੀ ਮਿਲ ਲਈਏ ਦੈਟਸ ਸੋ ਨਾਈਸ ਲਾਈਕ ਅਸੀਂ ਵੀ ਬਹੁਤ ਸਾਨੂੰ ਵੀ ਬਹੁਤ ਵਧੀਆ ਲੱਗਿਆ ਤੁਹਾਡੇ ਲਾਈਕ ਸਾਰੇ ਆਰਟਿਸਟ ਨੂੰ ਮਿਲ ਕੇ ਤੁਹਾਨੂੰ ਦੇਖ ਕੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਆਉਂਦੇ ਰਿਹਾ ਕਰੋ ਜ਼ਰੂਰ ਕੀਪ ਵਿਜ਼ਿਟਿੰਗ ਪੱਕਾ ਪੱਕਾ ਪਕੌੜੇ ਖਾਂਦੀ ਆ ਦੇਖੋ ਹੈਲੋ ਜੀ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ਆਪਣਾ ਗਣੇਸ਼ ਕਪੂਰ ਮੈਂ ਆਸ਼ਾ ਕਰਦਾ ਕਿ ਤੁਸੀਂ ਆਪਣੇ ਘਰ 'ਚ ਖੁਸ਼ ਹੋ ਸਿਹਤਮੰਦ ਹੋਵੋਗੇ ਔਰ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹੋ ਅਤੇ ਅੱਜ ਮੈਂ ਆਇਆ ਜੀ ਧੀਆਂ ਮੇਰੇ ਦੇ ਸੈੱਟ 'ਤੇ ਆਹ ਦੇਖੋ ਮੈਂ ਵੀ ਮਾਮਾ ਇਹ ਵੀ ਮਾਮਾ ਦੋਨੋਂ ਮਾਮੇ ਆਹ ਦੇਖੋ ਜੀ ਮੇਕਅਪ ਇਹਨਾਂ ਦਾ ਹੋਣ ਲੱਗਾ ਮਾਮਾ ਜੀ ਦਾ ਦੋਨੋਂ ਮਾਮੇ ਇਕੱਠੇ ਹੋ ਗਏ ਹੁਣ ਬਿਲਕੁਲ ਦੋਨੋਂ ਮਾਮੇ ਇਕੱਠੇ ਹੋ ਗਏ ਆ ਮਹਾਭਾਰਤ ਦੇਖਦਾ ਹੁੰਦਾ ਸੀਗਾ ਅੱਛਾ ਤੇ ਉਦੋਂ ਤੋਂ ਮੈਂ ਸੋਚ ਲਿਆ ਸੀਗਾ ਜੇ ਮੈਂ ਕਰੈਕਟਰ ਕਰੂੰਗਾ ਸੀਰੀਅਲ 'ਚ ਤਾਂ ਇੱਦਾਂ ਦਾ ਕਰੂੰਗਾ ਨਹੀਂ ਕਰਦਾ ਨਹੀਂ ਹੈਗਾ ਕਿਆ ਬਾਤ ਕੁਦਰਤੀ ਮੈਨੂੰ ਫਸਟ ਟਾਈਮ ਹੀ ਇੱਦਾਂ ਦਾ ਕਰੈਕਟਰ ਮਿਲ ਗਿਆ ਮਿਲ ਗਿਆ ਨਾ ਬਹੁਤ ਬਹੁਤ ਸ਼ੁਕਰੀਆ ਫੱਟਾ ਹੀ ਚੱਕ ਦੇ ਫੱਟਾ ਹੀ ਚੱਕ ਦੇ ਆਹ ਵੇਖੋ ਮੇਕਅਪ ਚੱਲ ਰਹੇ ਨੇ ਇਹਨਾਂ ਦੇ ਆਹ ਦੇਖੋ ਸਾਡੇ ਹੀਰੋ ਦਾ ਸਾਨੂੰ ਮਾਂ ਇਹ ਲੱਗਦਾ ਹੀਰੋ ਆ ਦੇ ਕੀ ਗੱਲ ਹੈ ਸਤਿ ਸ਼੍ਰੀ ਅਕਾਲ ਕਿੱਦਾਂ ਬਹੁਤ ਵਧੀਆ ਤੁਸੀਂ ਦੱਸੋ ਕਿੱਦਾਂ ਬਹੁਤ ਵਧੀਆ ਬਹੁਤ ਵਧੀਆ ਯਾਰ ਅੱਜ ਮੈਂ ਤੁਹਾਡੇ ਸੈੱਟ 'ਤੇ ਆਇਆ ਬਿਲਕੁਲ ਯਾਰ ਮਿਲ ਕੇ ਪਾਰਟੀ ਕਰਾਂਗੇ ਆਪਾਂ ਔਰ ਤੇਰਾ ਕਰੈਕਟਰ ਬਹੁਤ ਪਸੰਦ ਕੀਤਾ ਜਾ ਰਿਹਾ ਦੋਸਤ ਮਤਲਬ ਪੀਪਲ ਲਾਈਕ ਯੂ ਬਿਕੋਜ਼ ਮੈਨੂੰ ਬੜੇ ਲੋਕ ਮਿਲਦੇ ਨੇ ਐਂਡ ਵੀ ਐਪਰੀਸ਼ੀਏਟ ਕਿ ਹਾਂ ਯਾਰ ਉਹ ਬਹੁਤ ਅੱਛਾ ਕਰ ਰਿਹਾ ਥੈਂਕ ਯੂ ਬਿਕੋਜ਼ ਕੀਪਿਡ ਆ ਬਹੁਤ ਅੱਛਾ ਕੰਮ ਕਰ ਰਿਹਾ ਹੋਰ ਅੱਛਾ ਕਰੋ ਔਰ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੇਗਾ ਆਪਣੀ ਆਡੀਅੰਸ ਨੂੰ ਬਸ ਸ਼ੋਅ ਵੇਖਦੇ ਰਹੋ ਅਤੇ ਇੱਦਾਂ ਹੀ ਪਿਆਰ ਦਿੰਦੇ ਰਹੋ ਸਾਨੂੰ ਅਤੇ ਆਪਾਂ ਵੀ ਤੁਹਾਨੂੰ ਇੱਦਾਂ ਹੀ ਇੰਟਰਟੇਨ ਕਰਦੇ ਰਹੀਏ ਇਹ ਲੋਕ ਬਸ ਡੈਫੀਨੇਟਲੀ ਥੈਂਕ ਯੂ ਥੈਂਕ ਯੂ ਲਓ ਜੀ ਹੁਣ ਮੇਰੇ ਨਾਲ ਨੇ ਜੀ ਸਰਗੁਣ ਜੀ ਆਓ ਜੀ ਸਰਗੁਣ ਜੀ ਕਿੱਦਾਂ ਠੀਕ ਜੇ ਬਸ ਜੀ ਮੈਂ ਠੀਕ ਹਾਂ ਤੁਸੀਂ ਬਹੁਤ ਵਧੀਆ ਅੱਜ ਮੈਂ ਧੀਆਂ ਮੇਰੀਆਂ ਦੇ ਸੈੱਟ 'ਤੇ ਆਇਆ ਵਾਂ ਔਰ ਸਰਗੁਣ ਜੀ ਮੇਰੇ ਨਾਲ ਨੇ ਆਪਾਂ ਸਰਗੁਣ ਜੀ ਦੇ ਨਾਲ ਅੱਛੀਆਂ ਅੱਛੀਆਂ ਗੱਲਾਂ ਕਰਦੇ ਹਾਂ ਸਰਗੁਣ ਜੀ ਕਿੱਦਾਂ ਲੱਗ ਰਿਹਾ ਤੁਹਾਨੂੰ ਕਰੈਕਟਰ ਆਪਾਂ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਹੈ ਸੋ ਆਡੀਅੰਸ ਨੂੰ ਆਪਣਾ ਪੁੱਛਣਾ ਬਣਦਾ ਹੈ ਕਿ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਨਹੀਂ ਨਹੀਂ ਉਹਨਾਂ ਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਐਕਚੁਅਲੀ ਮੈਂ ਜਿੱਥੇ ਵੀ ਜਾਂਦਾ ਨਾ ਆਡੀਅੰਸ ਜ਼ਰੂਰ ਪੁੱਛਦੀ ਯਾਰ ਧੀਆਂ ਮੇਰੀਆਂ ਤੁਹਾਡੀ ਪ੍ਰੋਡਕਸ਼ਨ ਦਾ ਮੈਂ ਕਹਿੰਦਾ ਹਾਂਜੀ ਜੀ ਸ਼ਸ਼ੀ ਸੁਮਿਤ
प्रोडक्शन का ही है और सच्ची ताड़ी बहुत तारीफ करते हैं लोग। और मतलब इस करैक्टर के तुम निभाने वास्ते कुछ चैलेंजेस आए हो या तो लगा हो कि नहीं ये मैं ही है, ये मेरा ही करैक्टर सी। एक्चुअली जो मैंने करैक्टर मिले ਸੋ ਮੈਨੂੰ ਉਹੀ ਐਕਚੁਅਲ ਜੇ ਮੈਂ ਥੋੜੀ ਬਹੁਤ ਬਟ ਯੂ ਨੋ ਰੀਅਲ ਲਾਈਫ 'ਚ ਥੋੜ੍ਹਾ ਜਿਹਾ ਆਪਣਾ ਨੂੰ ਕੰਟਰੋਲ ਕਰਕੇ ਰੱਖਣਾ ਪੈਂਦਾ ਐਜ਼ ਅਨ ਗਰਲ। ਸੋ ਅਗਰ ਮੈਂ ਸਰਪੰਚ ਦੀ ਗੱਲ ਕਰਾਂ ਤਾਂ ਮੈਂ ਅੰਦਰੋਂ ਉਹੀ ਹਾਂ। ਕੀ ਬਾਤ ਹੈ ਆਸ਼ਾ ਜੀ, ਕੀ ਕਰ ਰਹੇ ਹੋ? ਅੱਛਾ ਅੱਛਾ ਕਾਲਿੰਗ ਮੇ ਆਪਾਂ ਇਕੱਲੇ ਇਕੱਲੇ ਬੜਾ ਗੱਲਾਂ ਕਰਨੀਆਂ, ਇਕੱਠੇ ਗੱਲਾਂ ਕਰਨੀਆਂ ਨੇ। देखो जी आशा जी के बिना तो मतलब ये शो कह लो कि जिदा मेरी धीया तो बस शो कुछ नहीं है, तेरे सारे तो तुसी सारे ये सारे एक दूजे नाल जुड़े हुए हैं जी, सारे मिलके काम करते हैं, तुहानू पसंद आंदा है ते बस इदां ही प्यार दिंदे रहो। रियली कह रहे हैं कि मतलब लगता है कि असी करैक्टर प्ले कर रहे हैं, ऐसा लगता फैमिली है। क्या बात है, थैंक यू, गॉड ब्लेस यू सारिआं नूं, बहुत बहुत प्यार मेरे वल्लों। मेरा ब्लॉग अच्छा लगा हो प्लीज़ इन लाइक करो, कमेंट करो, शेयर कर दियो, इदा मैं ब्लॉग बनाना रहाँगा, तुम सारों खुश करता रहाँगा। तिया मेरे सैट तुम अच्छे ब्लॉग दिखाया है, इदा ही मैं तिया मेरे सैट पर आके होर अच्छे अच्छे ब्लॉग दिखाता रहा। क्यों जी? अच्छा जी बिल्कुल बिल्कुल कह दो मारा लाइक शेयर करा दो, बिल्कुल लाइक करो, शेयर करो, कमेंट करो और तुसी मेरे YouTube चैनल भी ओहो यार कह सकते हो जाके अमायरा जैरा जी के नाम पे, एंड चैनल का नाम हैगा मेरा फील द मोमेंट। अगर चैनल नाम ना मिले तो अमायरा जैरा सर्च कर लेना, सारी क्लिप्स निकल आनगियां। ओ महाराज जी, ये क्रॉस यार की प्रमोशन मेरी करनी सी यार, अपनी करी जा रहे हो, अब भी हो गई इना लोकल। चलो चलो करो 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 करो, थैंक यू, बाय बाय, लव यू।